ਸਤਿਕਾਰ ਦੋਸਤੋ ਤੁਸੀਂ ਯੂਟਿਊਬ ਪੇਜ ਜਸਵੰਤ ਸੋਹੀ ਤੇ ਮੇਰਾ ਫੇਸਬੁੱਕ ਪੇਜ ਆ ਜਸਵੰਤ ਸੋਹੀ ਸਾਪੇ ਵਾਲਾ ਤੁਸੀਂ ਦੇਖ ਰਹੇ ਹੋ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਬਰਨਾਲਾ ਅਨਾਜ ਮੰਡੀ 'ਚ ਪਹੁੰਚੇ ਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਜੁਝਾਰੂ ਰੈਲੀ ਰੱਖੀ ਗਈ ਆ ਜਿਹੜੀਆਂ ਸਰਕਾਰ ਦੇ ਖਿਲਾਫ ਆ ਉਸ ਇਹਦੇ ਵਿੱਚ ਮੰਗਾਂ ਨੇ ਜਿਵੇਂ ਆਪਣੇ ਨਰਮੇ ਦਾ ਜਿਹੜਾ ਮੁਆਵਜ਼ਾ ਨਹੀਂ ਮਿਲਿਆ ਫਸਲਾਂ ਖਰਾਬ ਹੋਈਆਂ ਨੇ ਜਿਹੜਾ ਦਿੱਲੀ ਧਰਨਾ ਚੱਲਦਾ ਸੀ ਉਹਦੇ ਵਿੱਚ ਜਿਹੜੇ ਪਰਚੇ ਹੋਏ ਨੇ ਪੰਜਾਬ ਸਰਕਾਰ ਕਹਿੰਦੀ ਸੀ ਵਾਪਸ ਲਵਾਂਗੇ ਪਰ ਉਹ ਲਏ ਨਹੀਂ ਗਏ ਅਤੇ ਨਾਲ ਹੀ ਕੁਝ ਕੇਂਦਰ ਦੀਆਂ ਨਾਲ ਮੰਗਾਂ ਨੇ ਦੂਜਾ ਨੰਬਰ ਜਿਹੜਾ ਡਰ ਪਾਇਆ ਜਾਂਦਾ ਕਰੋਨਾ ਦਾ ਕਿਉਂਕਿ ਸਾਰਾ ਕੁਝ ਖੁੱਲ੍ਹਾ ਗਿਆ ਸਾਡੇ ਜਵਾਕਾਂ ਦੀ ਪੜ੍ਹਾਈ ਖਰਾਬ ਹੁੰਦੀ ਆ ਅਤੇ ਉਹਦੇ ਸੰਬੰਧ ਦੇ ਵਿੱਚ ਵੀ ਸਕੂਲ ਵੀ ਲਾਉਣੇ ਚਾਹੀਦੇ ਸੰਬੰਧ ਦੇ ਵਿੱਚ ਅੱਜ ਬਰਨਾਲੇ ਮਹਾਂ ਰੈਲੀ ਰੱਖੀ ਗਈ ਆ ਤਾਂ ਅੱਜ ਤੁਹਾਨੂੰ ਲੈਬ ਦਿਖਾਉਣੇ ਆ ਦਿੱਲੀ ਕੌਣ ਹੁੰਦੇ ਨੇ ਲੰਮੇ ਸੰਘਰਸ਼ ਦੇ ਵਿੱਚ ਕੀ ਨਹੀਂ ਹੁੰਦੇ ਨੇ ਸ਼ਹੀਦ ਇਹ ਆਪਣਾ ਲੰਮਾ ਸੰਘਰਸ਼ ਪੰਜਾਬ ਅੰਦਰ ਸੀ ਜਾਂ ਹੋਰ ਸੂਬਿਆਂ ਅੰਦਰ ਸੀ ਜਾਂ ਫਿਰ ਦਿੱਲੀ ਦੇ ਬਾਰਡਰਾਂ ਤੇ ਗਿਆ ਉਹ ਸਾਰੇ ਕਿੰਨੇ ਕਾਲੇ ਕਾਨੂੰਨ ਰੱਦ ਕਰਾਉਣੇ ਔਰ ਇਹਦੇ ਲਈ ਸੰਘਰਸ਼ ਜਾਰੀ ਰੱਖਣਾ ਐਮ ਐਸ ਪੀ ਨੂੰ ਕਾਨੂੰਨੀ ਮਾਨਤਾ ਦੇਣ ਲਈ ਜਿਹੜੇ ਸਾਡੇ 700 ਤੋਂ ਉੱਪਰ ਵੱਧ ਸ਼ਹੀਦ ਹੋਏ ਨੇ ਆਪਾਂ ਉਹਨਾਂ ਨੂੰ ਪਹਿਲਾਂ ਯਾਦ ਕਰਾਂਗੇ ਤੇ ਫਿਰ ਬਕਾਇਦਾ ਬੁਲਾਰੇ ਮੈਂ ਤੁਹਾਡੇ ਸਾਹਮਣੇ ਰੂਬਰੂ ਕਰਾਂਗਾ ਉਹਨੂੰ ਯਾਦ ਕਰਨ ਲਈ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਕਿ ਸ਼ਹੀਦਾਂ ਦਾ ਗੀਤ ਹੁੰਦਾ ਹੈ ਉਹਦੇ 'ਚ ਪੱਟੀਵਾਲ ਤੋਂ ਸਾਥੀ ਨੇ ਸਾਡੇ ਰਣਜੀਤ ਸਿੰਘ ਤੀਰਾ ਸਟੇਜ 'ਤੇ ਆ ਜਾਣ ਅਤੇ ਬੂਟਾ ਸਿੰਘ ਪੁੱਜ ਕੇ ਲਾਹੌੜੀ ਜਿਹੜੇ ਸਾਡੇ ਆਪਣੇ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸ਼ਹੀਦਾਂ ਦੀ ਯਾਦ ਦੇ ਵਿੱਚ ਝੰਡਾ ਨੀਵਾਂ ਕਰਨ ਰਣਜੀਤ ਖੜੇ ਕਰਨਾ ਸਾਰੇ ਖੜੇ ਹੋ ਕੇ ਆ ਕੇ ਇਸ਼ਟ ਧਰਮ ਚਾਰ ਗੁਰੂ ਸੇ ਸਿਧਾਂਤ ਨੂੰ ਮੰਨਦਾ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕਰੇ ਉਹਨਾਂ ਲਈ ਸੁੱਖ ਮੰਗੇ ਆਉਣ ਵਾਲੇ ਸਮੇਂ 'ਚ ਚੜ੍ਹਦੀ ਕਲਾ 'ਚ ਜੁਝਾਰੂ ਬੋਲਣ ਹੋਰ ਲੋਕ ਸ਼ਾਮਲ ਹੁੰਦੇ ਜਾਣ ਇਹਦੀ ਸ਼ੁਰੂ ਕਰ ਦਿਆ ਕਿਉਂਕਿ ਜਿਹੜੇ ਸਾਡੇ ਕਿਸਾਨ ਲਹਿਰ ਦੇ ਵਿੱਚ ਜਾਂ ਬਹਿਣਾ ਚੋਰਾਂ ਨਾਲ ਕੁਸ਼ਤੀ ਲੜੀ ਆ ਇਹਨੂੰ
ਮੈਂ